ਵੀ ਰਹਿੰਦੇ ਆ ਉਹ ਵੀ ਸਾਡੇ ਕੋਲ ਸਟੇਜ ਤੇ ਪਹੁੰਚ ਜਾਣ। ਬਾਈ ਜੀ ਇੱਕੋ ਮਿੰਟ ਮੈਚ ਨਾ ਅਜੇ ਚਾਲੂ ਕਰੋ, ਬਸ ਟ੍ਰੇਡਰ ਤੇ ਜਾਫੀ ਕੱਢਣਾ ਹੈ। ਜਦ ਇਸ਼ਾਰਾ ਹੋ ਜਾਵੇਗਾ ਵੀ ਕੋਈ ਇਨਸਾਨ ਬੈਠ ਗਿਆ ਉਹਨਾਂ ਡਿਊਟੀ ਤੇ, ਤਦ ਇਹ ਮੈਚ ਸ਼ੁਰੂ ਹੋ ਜਾਵੇਗਾ। ਹਾਂਜੀ ਕਲੀਅਰ ਸਾਹਿਬ ਬੈਠ ਗਏ ਜੀ, ਓਕੇ ਜੀ, ਲਾ ਦੀ ਵਿਸਲਾ ਮਾਰੋ ਮੇਰੇ ਵੀਰੋ। ਔਰ ਧੰਨਵਾਦ ਅਜਮੇਰ ਸਿੰਘ ਜੀ ਕਨੇਡਾ, ਸਾਡਾ ਵੀਰ ਵਿਸ਼ੇਸ਼ ਤੌਰ ਤੇ ਪਹੁੰਚਿਆ ਕੜਿਆਲ ਵੱਲ, ਨਾਲ ਹੀ ਤੇਜਾ ਗੇਜਾ ਕਨੇਡਾ ਤੇ ਤੇਜ ਕਨੇਡਾ, ਬਹੁਤ ਬਹੁਤ ਸਤਿਕਾਰ ਜੋ ਬਤੇਰੇ ਨੇ। ਬਾਈ ਜੀ ਫਾਈਨਲ ਮੈਚ, ਹੈਲੋ, ਕਬੱਡੀਆਂ ਕਿੰਨੀਆਂ ਰਾਜੂ ਦੱਸੋ ਕਿਹੜਾ ਫਾਈਨਲ ਮੈਚ ਦੀਆਂ? ਸਾਢੇ 15-16 ਜੀ, ਪਰ ਹਨੇਰਾ ਹੋ ਜਾਣਾ ਜੀ, ਪੇਰ ਨਾ ਕਹਿਓ। ਬਾਈ ਜੀ ਸਾਢੇ 15-16 ਦਾਨ ਬਖਸ਼ਿਆ, ਬੜੇ ਮਾਣ ਸਨਮਾਨ ਬਖਸ਼ਿਆ, ਆਦਰ ਸਤਿਕਾਰ ਬਖਸ਼ਿਸ਼ ਕਬੱਡੀ ਕੱਪ ਦੇ ਲਈ। ਸਾਡੇ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਤੂਰ, ਸ਼ਹੀਦ ਗੁਰਦਰਸ਼ਨ ਸਿੰਘ ਜੀ ਫੌਜੀ, ਉਹਨਾਂ ਦੇ ਪਰਿਵਾਰ ਦੇ ਮੈਂਬਰ, ਸ਼ਹੀਦ ਗੁਰਦਰਸ਼ਨ ਸਿੰਘ ਜੀ ਫੌਜੀ, ਉਹਨਾਂ ਦੇ ਪਰਿਵਾਰ ਦੇ ਮੈਂਬਰ, ਉਹ ਕਿਰਪਾ ਕਰਕੇ ਸਨਮਾਨ ਚਿੰਨ੍ਹ ਲੈਣਗੇ। ਸ਼ਹੀਦ ਗੁਰਦਰਸ਼ਨ ਸਿੰਘ ਫੌਜੀ, ਉਹਨਾਂ ਦੇ ਪਰਿਵਾਰ ਦੇ ਮੈਂਬਰ, ਲਓ ਜੀ ਪਾਣੀ ਪਹੁੰਚ ਦਾ ਕੀਤਾ ਜਾਵੇ ਗ੍ਰਾਮ ਦੇ ਵਿੱਚ, ਇਹ ਫਾਈਨਲ ਮੈਚ ਤੱਕ ਰਹੇ ਆ ਤੁਸੀਂ। ਔਰ ਉਧਰ ਆਲੋਨੀ ਗੁਰਪਾਲ ਹੋਣੀ ਬੇਨਤੀ ਆ, ਕਾਕੇ ਹੋਣੀ, ਹੈਲੋ, ਆ ਜੋਗੇ ਵਾਲੇ ਦੇ ਪਿੰਡ ਕਾਕਾ ਗੁਰਪਾਲ ਜਲਾਰ ਸਿੰਘ ਸਾਡੇ ਸਤਿਕਾਰਯੋਗ, ਉਹ ਕਿਰਪਾ ਕਰਕੇ ਲਾ ਦੀ ਜਨੇਰ ਦੀ ਤਰਫੋਂ ਕਹਿੰਦੇ ਨੇ ਵੀ ਫਾਈਨਲ ਮੈਚ ਦੇ ਵਿੱਚ ਰਬੜ ਨੇ ਕਬੱਡੀ ਪਾ ਦਿੱਤੀ ਹੈ। ਦੂਜੇ ਪਾਸੇ ਹੈਪੀ ਆਖਦੇ ਨੇ ਜੱਫਾ ਲਾ ਦਿੱਤਾ ਇੱਕੋ ਤੇਰਾ ਲੱਖ ਵਰਗਾ, ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਇੱਕੋ ਤੇਰਾ ਲੱਖ ਵਰਗਾ। ਇੱਕ ਮਿੰਟ, ਗੁਰਬਖਸ਼ੀ ਸਿੰਘ ਜੀ ਡੀਬੀ ਸਾਹਿਬ, ਨਾਲ ਹੀ ਕਨੇਡਾ ਵਾਲਾ ਅਜਮੇਰ ਬਹਿ ਕੇ ਦੇਖ ਰਿਹਾ, ਜੋ ਆਪ ਬੜਾ ਤਕੜਾ ਜਾਫੀ ਰਿਹਾ ਮੇਰੇ ਵੀਰੋ, ਔਰ ਇਹਨਾਂ ਖਿਡਾਰੀਆਂ ਨੂੰ ਹੌਸਲੇ ਦੇ ਰਿਹਾ। ਸਾਹਮਣੇ ਪਿੰਡਰਾਂ ਦੀ ਧਰਤੀ ਦਾ ਇਹ ਮੇਰੇ ਵੀਰੋ ਹਰਜੋਤ ਹੈ, ਜੋ ਕੜਿਆਲ ਦਾ ਪੁੱਤ ਬਣ ਕੇ ਖੇਡਦਾ। ਗੁਰਬਖਸ਼ੀਸ਼ ਸਿੰਘ ਜੀ ਡੀਬੀ, ਜੋ ਕੋਚ ਹੈ ਮਾਮਾ ਦੀਪ ਸਿੰਘ ਕਬੱਡੀ ਅਕੈਡਮੀ ਦੇ, ਸਟੂਡੀਓ ਵਾਲੇ ਵੀਰਾਂ ਨੂੰ ਬੇਨਤੀ ਹੈ, ਇੱਕ ਮਿੰਟ ਸਟੂਡੀਓ ਵਾਲੇ ਵੀਰਾਂ ਨੂੰ, ਫਰੈਂਡ ਜੋ ਪ੍ਰੀਤ ਸਟੂਡੀਓ, ਫਰੈਂਡ ਜੋ ਪ੍ਰੀਤ ਸਟੂਡੀਓ ਨੂੰ ਬੇਨਤੀ ਹੈ ਵੀ ਜਿਹੜੇ ਆਦਰ ਸਤਿਕਾਰ ਦਿੱਤੇ ਜਾ ਰਹੇ ਇੱਕ ਮਿੰਟ ਲਈ ਆਉਣ ਫਰੈਂਡ ਜੋ ਸਟੂਡੀਓ। ਔਰ ਨਾਲ ਹੀ ਮੇਰੇ ਵੀਰੋ ਸਾਹਮਣੇ ਵਰਿੰਦਰ ਦੀ ਪਈ ਹੋਈ ਕਬੱਡੀ ਹੈ ਜੀ, ਬਾਈ ਸੁਖਨਾਮ ਹੋਣੀ, ਸਰਦਾਰ ਸੁਖਮਿੰਦਰ ਸਿੰਘ ਜੀ ਤੂਰ ਸਰਪੰਚ ਸਾਹਿਬ, ਬਾਈ ਸ਼ਿੰਦੇ ਹੋਣੀ, ਤੇਜੀ ਹੋਣੀ, ਸਰਦਾਰ ਬਲਵੰਤ ਸਿੰਘ ਜੀ, ਸਾਰਿਆਂ ਦਾ ਹੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹੜੇ ਆਦਰ ਸਤਿਕਾਰ ਦਿੱਤੇ ਜਾ ਰਹੇ ਹੈ। ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਦੇ ਮੇਨ ਕੋਚ ਹੈ ਗੁਰਬਖਸ਼ੀਸ਼ ਡੀਬੀ, ਬੜੀ ਦੇੜ ਉਹਨਾਂ ਦੀ, ਬੜੇ ਵਧੀਆ ਖਿਡਾਰੀ ਪੈਦਾ ਕੀਤੇ ਹੈ। ਅਗਲੀ ਕਬੱਡੀ ਕਹਿੰਦੇ ਨੇ ਵੀ ਗੋਪੀ ਪਾਉਣ ਚੱਲੇ, ਕੌਣ ਕਿੰਨੇ ਜੱਫੇ ਲਾਵੇਗਾ, ਕੌਣ ਵੱਧ ਰੇਟਾ ਲਾਵੇਗਾ। ਨਾਲ ਹੀ ਬੂਟਾ ਉਮਰੀਆਂ ਵੀ ਆਪਣਾ ਮਾਨ ਸਨਮਾਨ ਲੈ ਲੈਣ, ਬੂਟਾ ਉਮਰੀਆਂ। ਸਾਹਮਣੇ ਪੈਂਦੀ ਹੋਈ ਕਬੱਡੀ, ਬਾਜ ਵੀ ਸਿਆ ਸਿੱਧੂ ਕੋਸ਼ਿਸ਼ ਕਰਦਾ ਹੋਇਆ, ਪਰ ਅੰਕ ਜਿਹੜਾ ਗੋਪੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਕਹਿੰਦੇ ਨੇ ਵੀ ਸੋਹਣੇ ਬੈਚ ਖੇਡੇ ਜਾ ਰਹੇ ਨੇ, ਅਗਲੀ ਕਬੱਡੀ ਰਮਨਾ ਪਾਉਣ ਦੇ ਲਈ ਵਾਧਾ ਹੋਇਆ। ਰੇਡਰ ਹੋਵੇ ਤਕੜਾ ਜਾਫੀ ਮੂਹਰੇ ਖੜਦਾ ਨੀ, ਜਾਫੀ ਹੋਵੇ ਤਕੜਾ ਰੇਡਰ ਮੂਹਰੇ ਅੜਦਾ ਨੀ, ਜੇ ਦੋਹੇ ਤਰ੍ਹਾਂ ਦੀ ਇੱਕੋ ਜਿਹੀਆਂ ਫਿਰ
ਹੁੰਦੇ ਨੇ ਵਾਗੇ, ਫਿਰ ਪਾਸੇ ਬੈਠੇ ਸੱਜਣ ਕਹਿੰਦੇ ਮਿੱਤਰੋ ਹੁਣ ਪੈਣਗੇ ਪਟਾਕੇ, ਪਾਸੇ ਬੈਠੇ ਸੱਜਣ ਕਹਿੰਦੇ ਮਿੱਤਰੋ ਹੁਣ ਪੈਣਗੇ ਪਟਾਕੇ। ਹਰ ਜੋਸ਼ ਮੇਰੇ ਵੀ ਕਬੱਡੀ ਪਾਉਂਦਾ ਹੋਇਆ ਸੁਖੇ ਸੇਮੀ ਦੀਆਂ ਟੀਮਾਂ ਭਿੰਡਰ ਤੇ ਜੋਗੀ ਵਾਲਾ, ਭਿੰਡਰ ਨਹੀਂ ਰੱਜੀ ਵਾਲਾ ਵਰਸਿਸ ਭਿੰਡਰ, ਭਿੰਡਰ ਵਰਸਿਸ ਜੋਗੀ ਵਾਲਾ। ਦੋਨੇ ਟੀਮਾਂ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਪਹੁੰਚੋ, ਚੱਲਦੇ ਮੈਚ ਦਾ ਜਿਹੜਾ ਸਮਾਂ ਬਹੁਤ ਘੱਟ ਰਹਿ ਗਿਆ, ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪਹੁੰਚੋ। ਨਾਲ ਦੀ ਸਾਹਮਣੇ ਸਿੰਘ ਦੀ ਕਿੰਗ ਕਬੱਡੀ ਕਬੱਡੀ ਕਰਦਾ ਹੋਇਆ, ਇਹ ਕਬੱਡੀ ਨਗਰ ਖੇੜਾ ਕੜਿਆਲ ਤੇ ਚਨੇਰ ਦਾ ਕੋਈ ਜ਼ਿਆਦਾ ਸੰਨ ਨਹੀਂ ਹੈ। ਅੱਜ ਕੁੰਡੀਆਂ ਦੇ ਸਿੰਘ ਫਸੇ ਹੋਏ ਨੇ, ਕਹਿੰਦੇ ਰੇਡਰ ਨੂੰ ਹੋਵੇ ਹੌਸਲਾ ਜੇ ਜਾਫੀ ਹੋਵਣ ਚੰਗੇ ਜਾਣ ਜਾਣ ਕੇ। ਨਾਲ ਹੀ ਹਰੀ ਸਿੰਘ ਦੀ ਯਾਦ ਦੇ ਵਿੱਚ ਲੱਖਾ ਸਿੰਘ ਜੀ ਉਹਨਾਂ ਵੱਲੋਂ ਜਿਹੜੀ ਪਿੰਡ ਦੀ 70 ਕਿਲੋ ਦੀ ਟੀਮ ਹੈ ਉਹਦੇ ਲਈ ਜਿਹੜੀਆਂ ਸ਼ਾਨਦਾਰ ਕਿੱਟਾਂ ਦਿੱਤੀਆਂ ਜਾ ਰਹੀਆਂ ਨੇ, ਆਪਾਂ ਧੰਨਵਾਦ ਕਰਦੇ ਹਾਂ। ਸਾਡਾ ਵੀਰ ਲੱਖਾ ਬੱਡੀ ਕਬੱਡੀ ਦੀ ਸਨਮਾਨਯੋਗ ਸ਼ਖਸੀਅਤ ਹੈ, ਕਬੱਡੀ ਨਾਲ ਕਾਫੀ ਲਗਾਓ ਹੈ, ਸ਼ੌਕ ਹੈ, ਆਪਾਂ ਧੰਨਵਾਦ ਕਰਦੇ ਹਾਂ। ਲਾਜੀ ਇੱਕ ਪਾਸੇ ਤੱਤੇ ਨਾਲ ਤਾਰ ਨੇ ਕੋਸ਼ਿਸ਼ ਕੀਤੀ ਹੈ, ਅੰਕ ਜਿਹੜਾ ਹਰਜੋਤ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਰੇਡਰ ਨੂੰ ਹੋਵੇ ਹਾਂਸਲਾ ਦੇ ਜਾਫੀ ਹੋਵਣ ਚੰਗੇ ਫਿਰ ਜਾਣ ਜਾਣ ਕੇ, ਤਕੜੇ ਜਾਫੀ ਨਾਲ ਰੇਡਰ ਪਾਉਂਦਾ ਪੰਗੇ, ਜੇ ਜਾਫੀ ਹੋਵਣ ਮਾਰੇ ਕੱਲਾ ਰੇਡਰ ਕੁਝ ਕਰਦਾ ਨੀ, ਸੁਖਿਆ ਜੇ ਆਪਣੇ ਹੁਣ ਬਰਾਬਰ ਦੇ ਬੰਦਾ ਕਦੇ ਵੀ ਹਰਦਾ ਨੀ, ਜੇ ਆਪਣੇ ਹੁਣ ਬਰਾਬਰ ਦੇ ਬੰਦਾ ਕਦੇ ਵੀ ਹਰਦਾ ਨੀ। ਸਾਹਮਣੇ ਪਈ ਹੋਈ ਕਬੱਡੀ ਰਮਨੇ ਦੀ ਹੈ, ਆ ਮੇਰੇ ਵੀਰੋ ਜਾਫੀ ਸੁਖਦੇਵ ਸਿੰਘ ਜੀ ਮਨੀਲਾ ਉਹਨਾਂ ਦੇ ਪਰਿਵਾਰ ਦਾ ਵੀ ਮੈਂਬਰ ਬਲਵੰਤ ਸਾਡਾ ਵੀਰ ਉਹ ਕਿਰਪਾ ਕਰਕੇ ਆਵੇ, ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰੇ। ਸੁਖਦੇਵ ਸਿੰਘ ਜੀ ਮਨੀਲਾ ਉਹਨਾਂ ਦੇ ਪਰਿਵਾਰ ਦੇ ਕੋਈ ਮੈਂਬਰ ਬਲਵੰਤ ਕੈਨੇਡਾ ਨੂੰ ਬੇਨਤੀ ਆ, ਬਲਵੰਤ ਕੈਨੇਡਾ ਉਹ ਸਾਡਾ ਵੀਰ ਆਪਣਾ ਮਾਨ ਸਨਮਾਨ ਲਵੇ। ਰਣਜੀਤ ਸਿੰਘ ਜੀ ਤੂਰ ਸਵਰਗਵਾਸੀ ਸਰਦਾਰ ਰਣਜੀਤ ਸਿੰਘ ਜੀ ਤੂਰ ਉਹਨਾਂ ਦੇ ਪਰਿਵਾਰ ਦਾ ਵੀ ਮੈਂਬਰ ਆਵੇ ਤੇ ਸਨਮਾਨ ਚਿੰਨ੍ਹ ਲਵੇ ਆ ਕੇ। ਸਰਦਾਰ ਰਣਜੀਤ ਸਿੰਘ ਜੀ ਤੂਰ ਸਵਰਗਵਾਸੀ ਸਰਦਾਰ ਜਰਨੈਲ ਸਿੰਘ ਜੀ ਤੂਰ ਉਹਨਾਂ ਦੇ ਪਰਿਵਾਰ ਦਾ ਵੀ ਮੈਂਬਰ ਬਾਈ ਜਲੌਰੇ ਨੂੰ ਬੇਨਤੀ ਹੈ, ਜਲੌਰ ਨੂੰ ਸਾਡੇ ਪ੍ਰਧਾਨ ਸਾਹਿਬ ਯਾਦ ਕਰਦੇ ਵੀ ਨਾਲੇ ਆਦਰ ਸਤਿਕਾਰ ਦੇਣੇ ਆ, ਬਾਈ ਜਲੌਰ ਨੂੰ ਬੇਨਤੀ ਹੈ ਸਰਦਾਰ ਜਰਨੈਲ ਸਿੰਘ ਜੀ ਤੂਰ। ਨਾਲ ਹੀ ਸਵਰਗਵਾਸੀ ਸਰਦਾਰ ਤੇਜਾ ਸਿੰਘ ਜੀ ਤੂਰ ਉਹਨਾਂ ਦੇ ਪਰਿਵਾਰ ਦਾ ਵੀ ਮੈਂਬਰ ਆਪਣਾ ਸਨਮਾਨ ਚ ਲਵੇ। ਜੋਗੇ ਵਾਲਾ ਤੇ ਭਿੰਡਰ ਬਾਈ ਦੀ ਹਾਲੇ ਤੱਕ ਨਜ਼ਰ ਨਹੀਂ ਆਈ, ਜੋਗੇ ਵਾਲਾ ਤੇ ਭਿੰਡਰ ਇਹ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪਹੁੰਚੇ ਨੇ, ਜੋਗੇ ਵਾਲਾ ਵਰਸਿਸ ਭਿੰਡਰ। ਨਾਲ ਹੀ ਮੈਂ ਬੇਨਤੀ ਕਰਦਾ ਕਲੇਰ ਸਾਹਿਬ ਨੂੰ ਕਿ ਜਦ ਫਾਈਨਲ ਮੈਚ ਹੋਣ ਤੋਂ ਪਹਿਲਾਂ ਆਪਣੇ ਕੋਲੇ ਸਮਾਂ ਬਹੁਤ ਵੱਧ ਆਵੇਗਾ, ਤਦ ਤੁਸੀਂ ਜਿਹੜਾ ਇਹ ਮਾਣ ਸਨਮਾਨ ਕਰ ਲੈਣੇ, ਕਿਉਂਕਿ ਇੱਧਰ ਮੈਚ ਬੜੇ ਫਸਲੇ ਲੱਗੇ ਹੋਏ ਨੇ, ਬਾਅਦ ਦੇ ਵਿੱਚ ਆਪਣੇ ਕੋਲੇ ਗਰਾਊਂਡ 10-15 ਮਿੰਟ ਦੇ ਲਈ ਖਾਲੀ ਰਹੇਗਾ, ਨਾਲ ਲਗਭਗ ਫਾਈਨਲ ਮੈਚ ਨਹੀਂ ਖੇਡਣਗੀਆਂ ਟੀਮਾਂ। ਸਾਹਮਣੇ ਹਰਜੋਤ ਤੇ ਤਾਰ, ਤਾਰ ਤੇ ਹਰਜੋਤ ਹੈ, ਬਹੁਤ ਸੋਹਣਾ ਪੁਆਇੰਟ ਜਿਹੜਾ ਇਸ ਵਕਤ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਅਗਲੀ ਕਬੱਡੀ ਫਿਰ ਕਹਿੰਦੇ ਨੇ ਵੀ ਰਮਨਾ ਪਾਵੇਗਾ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਕੀ ਮੈਂਬਰ ਸਵਰਗਵਾਸੀ ਸਰਦਾਰ ਸੌਣ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਕੀ ਮੈਂਬਰ ਸਵਰਗਵਾਸੀ ਸਰਦਾਰ ਸੌਣ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਕੀ ਮੈਂਬਰ ਆਵੇ ਕਿਰਪਾ ਕਰਕੇ ਸਨਮਾਨ ਚਿੰਨ੍ਹ ਪ੍ਰਾਪਤ ਕਰਨ। ਸਵਰਗਵਾਸੀ ਸਰਦਾਰ ਲਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਸਵਰਗਵਾਸੀ ਸਰਦਾਰ ਲਾਲ ਸਿੰਘ ਜੀ ਲਾ ਜੀ ਸਾਹਮਣੇ ਕਹਿੰਦੇ ਨੇ ਵੀ ਹਰਪ੍ਰੀਤ ਹੈਪੀ ਨਾਉ ਹੈ
इस खिडारी का इस वक्त दूसरा जफा लग चुका है लमरे जफा लग्या हुआ आर मेरे वीर इन्हों मैचों के बेस्ट रेडर से बेस्ट जाफी तो दे क्लब वालों निर्मल सिंह कलेर साहब कहते हैं भी टीवी दिते जाने ने ओपन दे विच बत्ती पत्ती एल इंच दियां एल सी डियां दित्तियां जाणियां मेरे वीर ये नोट कर लो अज देखना भी कौन बेस्ट निकलेगा सामने हरजोत कबड्डी पाता होया जिहदे टावलियां च जोर ते पट्टां विच जान होवे खेडदा कबड्डी उहनूं अपने ते माण होवे जितना है मैच जिहदा एक ही निशाना होवे इहो जे गभरू दा सुखिया हर दिल ही दीवाना होवे इहो जे गभरू दा हर दिल ही दीवाना होवे जनेर दी धरती दा तार मेरे वीरो पूरा जनेर माण करदा अपने इस खिडारी ते बैदा बैदा करवांदा होया और अजमेर सिंह जी आप स्पोर्ट वाले कनेडा तो तार जनेर वाले दे लई बोला तो 100 रुपया दिंदे ने तार जनेर वाले दे लई सामने पई हुई कबड्डी कहंदे ने वी हरप्रीत काके दा पुत्तर है मेरे वीरो बहुत सोहणी कबड्डी खेडदा है गिल परिवार दा और सोहणे मैचां दी गल कीती जा रही है अगली कबड्डी फिर पैंदी हुई आओ मेरे वीरो गोपी लोहारे दी धरती दा जिथों दे भाले वर्गे शीरे वर्गे आ चमकार सिंह जी संघा साहब हर साल मैच करवाउंदे ने वाह गड्ड तां वंज बराबर अज पता लगे ਬੇਦਰ ਜੱਫਾ ਲੱਗਿਆ ਹੋਇਆ ਹੈ ਜਰਨੈਲ ਸਿੰਘ ਜੀ ਤੂਰ ਉਹਨਾਂ ਦੇ ਪਰਿਵਾਰ ਦਾ ਮੈਂਬਰ ਬਾਈ ਜਲੌਰ ਨੂੰ ਬੇਨਤੀ ਕਰਦੇ ਆ ਬਾਈ ਜਲੌਰ ਜਲੌਰੇ ਬਾਈ ਨੂੰ ਬੇਨਤੀ ਹੈ ਸਾਡੇ ਪ੍ਰਧਾਨ ਸਾਹਿਬ ਕਹਿੰਦੇ ਵੀ ਸਨਮਾਨ ਚਿੰਨ੍ਹ ਲਵੇ ਸਾਡਾ ਵੀਰ ਜਲੌਰ ਨਾਲ ਹੀ ਬਾਈ ਦੀ ਹਾਲੇ ਤੱਕ ਟੀਮ ਨਹੀਂ ਆਈ ਭਿੰਡਰ ਤੇ ਜੋਗੇ ਵਾਲਾ ਜਲਦੀ ਤੋਂ ਜਲਦੀ ਪਹੁੰਚੇ ਨਾਲ ਦੀ ਸਿੰਧੂ ਖਿਡਾਰੀ ਦੇ ਲਈ 100 ਰੁਪਈਆ ਸੁਖਮੰਦਰ ਸਿੰਘ ਜੀ ਜਾਲ ਸਾਹਿਬ ਭੇਜਦੇ ਨੇ ਧੰਨਵਾਦ ਹੈ ਸਰਦਾਰ ਲਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਮੈਂਬਰ ਸਰਦਾਰ ਗੁਰਾ ਸਿੰਘ ਜੀ ਸਾਡਾ ਵੀਰ ਸੋਨਾ ਕੈਨੇਡਾ ਸਰਦਾਰ ਦੁੱਲਾ ਸਿੰਘ ਜੀ ਤੂਰ ਉਹਨਾਂ ਦੇ ਪਰਿਵਾਰ ਦਾ ਮੈਂਬਰ ਗੁਰਪ੍ਰੀਤ ਸਾਡਾ ਵੀਰ ਗੁਰਪ੍ਰੀਤ ਗੱਲੂ ਨੂੰ ਬੇਨਤੀ ਹੈ ਵੀ ਉਹ ਆਪਣਾ ਸਨਮਾਨ ਚਿੰਨ੍ਹ ਲਵੇ ਗੁਰਪ੍ਰੀਤ ਗੱਲੂ ਸਾਡਾ ਵੀਰ ਸਰਦਾਰ ਹਰਪਾਲ ਸਿੰਘ ਜੀ ਕੈਨੇਡੀਅਨ ਉਹ ਵੀ ਆਪਣਾ ਮਾਨ ਸਨਮਾਨ ਲੈਣਗੇ ਸਰਦਾਰ ਹਰਪਾਲ ਸਿੰਘ ਜੀ ਕੈਨੇਡੀਅਨ ਨਾਲ ਵੀ ਨਾਲ ਹੀ ਸਰਪੰਚ ਸਾਹਿਬ ਸਾਡੇ ਜਿਨ੍ਹਾਂ ਨੇ ਪਹਿਲਾ ਨਾਮ ਹਾਕਮ ਸਿੰਘ ਜੀ ਤੂਰ ਹਾਕਮ ਸਿੰਘ ਜੀ ਤੂਰ ਸਰਦਾਰ ਕਿਸ਼ਨ ਸਿੰਘ ਜੀ ਤੂਰ ਕੈਨੇਡੀਅਨ ਸਰਦਾਰ ਕਿਸ਼ਨ ਸਿੰਘ ਜੀ ਤੂਰ ਕੈਨੇਡੀਅਨ ਸਾਡਾ ਵੀਰ ਕੁਲਦੀਪ ਗੁਰਪ੍ਰੀਤ ਸਾਡਾ ਵੀਰ ਸਵਰਗਵਾਸੀ ਸਰਦਾਰ ਦੁੱਲਾ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਗੁਰਪ੍ਰੀਤ ਸਿੰਘ ਸਰਦਾਰ ਜਰਨੈਲ ਸਿੰਘ ਬਲਵਿੰਦਰ ਸਿੰਘ ਸਾਨਵ ਸਰਦਾਰ ਅਰਜਨ ਸਿੰਘ ਉਹ ਆਪਣਾ ਮਾਨ ਸਨਮਾਨ ਲੈਣ ਸਰਦਾਰ ਜਰਨੈਲ ਸਿੰਘ ਬਲਵਿੰਦਰ ਸਿੰਘ ਸਾਨਵ ਸਰਦਾਰ ਅਰਜਨ ਸਿੰਘ ਜੀ ਲਾਲਜੀ ਗੁਰਮੇਜ ਸਿੰਘ ਜੀ ਸਿੱਧੂ ਪਰੋਏ ਵਾਲਾ ਬਾਡਾ ਨਾਲ ਹੀ ਸਰਪੰਚ ਰਣਜੀਤ ਸਿੰਘ ਜੀ ਦਾ ਧੰਨਵਾਦ ਜਿਹਨਾਂ ਨੇ 70 ਕਿਲੋ ਦਾ ਪਹਿਲਾ ਪ੍ਰਾਈਜ਼ ਦੇਣਾ ਹੈ ਔਰ ਨਾਲ ਹੀ ਗੁਰਸੇਵਕ ਸਿੰਘ ਜੀ ਪ੍ਰਧਾਨ ਜਿਨ੍ਹਾਂ ਨੇ ਦੂਜਾ ਪ੍ਰਾਈਜ਼ 70 ਕਿਲੋ ਦਾ ਦਿੱਤਾ ਹੈ ਔਰ ਇਹ ਮੇਰੇ ਵੀਰੋ ਮਿਹਰਬਾਨੀ ਹੈ ਨਾਲ ਬੋਲਾਂ ਤੋਂ ਖੁਸ਼ ਹੋ ਕੇ 500 ਰੁਪਇਆ ਭੇਜਦਾ ਮੇਰਾ ਵੱਡਾ ਵੀਰ ਅਜਮੇਰ ਕੈਨੇਡਾ ਐਵਸਪੋਰਟ ਦੇ ਵਿੱਚ ਰਹਿੰਦੇ ਨੇ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਹੈ ਵੀਰ ਮਾਨ ਸਿੰਘ ਅਜਮੇਰ ਜੋ ਸਰਦਾਰ ਜਰਨੈਲ ਸਿੰਘ ਜੀ ਤੂਰ ਸਰਦਾਰ ਜਰਨੈਲ ਸਿੰਘ ਜੀ ਤੂਰ ਉਹਨਾਂ ਦੇ ਪਰਿਵਾਰ ਦੇ ਮੈਂਬਰ ਮਾਨ ਸਨਮਾਨ ਲੈਂਦੇ ਹੋਏ ਨਾਲ ਹੀ ਸਾਡਾ ਸਤਿਕਾਰਯੋਗ ਵੀਰ ਹੈ ਗਿਆਨੀ
ਆਪਾਂ ਧੰਨਵਾਦ ਕਰਦੇ ਹਾਂ। ਬੜਾ ਵੱਡਾ ਪਿੰਡ ਹੈ ਸੇਵਾ, ਕੈਨੇਡਾ ਵੱਸ ਗਿਆ ਹੈ ਸਰਦਾਰ ਸੇਵਾ ਸਿੰਘ ਜੀ ਸਿੱਧੂ, ਗੁਰਮੇਜ ਸਿੰਘ ਜੀ ਸਿੱਧੂ, ਆਪਾਂ ਧੰਨਵਾਦ ਕਰਦੇ ਹਾਂ। ਸਾਡਾ ਸੇਵਾ ਮੈਡੀਕਲ ਵਾਲਾ ਵੀਰ, ਸੇਵਾ ਮੈਡੀਕਲ ਵਾਲਾ ਉਹਦਾ ਵੱਡਾ ਵੀਰ ਪੁੱਜਾ ਹੋਇਆ ਗਿਆਨੀ, ਸੇਵਾ ਕੈਨੇਡਾ ਵਾਸਤੇ ਆਪਾਂ ਧੰਨਵਾਦ ਕਰਦੇ ਹਾਂ ਜਿਹੜੇ ਆਦਰ ਸਤਿਕਾਰ ਬਖਸ਼ੇ ਜਾ ਰਹੇ ਨੇ। ਸੇਵਾ ਸਾਡਾ ਵੀਰ ਔਰ ਉਹਨਾਂ ਦੇ ਵੱਡੇ ਭਾਈ ਸਾਹਿਬ, ਨਾਲ ਹੀ ਗੁਰਸੇਵਕ ਸਿੰਘ ਜੀ ਖੋਸਾ ਨੈਸਲੇ ਪ੍ਰਧਾਨ ਸਾਹਿਬ, ਸਾਡੇ ਗੁਰਸੇਵਕ ਸਿੰਘ ਜੀ ਖੋਸਾ ਨੈਸਲੇ ਪ੍ਰਧਾਨ ਸਾਹਿਬ, ਗੁਰਸੇਵਕ ਸਿੰਘ ਜੀ ਆਦਰ ਸਤਿਕਾਰ ਜਿਹੜੇ ਬਖਸ਼ੇ ਜਾ ਰਹੇ ਨੇ ਸਪੋਰਟਸ ਕਲੱਬ ਦੀ ਤਰਫੋਂ। ਗੁਰਬਚਨ ਸਿੰਘ ਜੀ ਰਾਜਾ ਤੂਰ ਖੋਸਾ ਜਲਾਲ ਵਾਲੇ, ਬੀਤੇ ਇੱਕ ਮਿੰਟ ਸਰਸਾ ਸਿੰਘ ਜੀ ਤੂਰ, ਬੀਤੇ ਤਰਸੇਮ ਸਿੰਘ ਜੀ ਤੂਰ ਖੇਤਾਂ ਵਾਲੇ, ਤਰਸੇਮ ਸਿੰਘ ਜੀ ਕਾਕੂ ਖੇਤਾਂ ਵਾਲੇ, ਜਾਂ ਬਾਈ ਜਸਵੰਤ ਹੋਵੇ ਉਹਨਾਂ ਦਾ ਬੇਟਾ ਜਸਵੰਤ ਖੇਤਾਂ ਵਾਲੇ, ਤਰਸੇਮ ਸਿੰਘ ਜੀ ਤੂਰ ਉਹਨਾਂ ਦਾ ਬੇਟਾ ਜਸਵੰਤ ਹੋਵੇ, ਬੀਤੇ ਜਸਵੰਤ। ਹੈਲੋ ਬੀਤੇ ਮਿੰਟ ਇੱਕ ਦੇਈ, ਨਾਲ ਹੀ ਜਨੇਰ ਦੇ ਪੁਆਇੰਟ ਨੇ 8 ਤੇ ਕੜਿਆਲ 15.5, ਕੜਿਆਲ ਫਸਟ, ਜਨੇਰ ਸੈਕਿੰਡ ਗਈ ਹੈ। ਸਾਰੀ ਸਮੁੱਚੀ ਟੀਮ ਨੂੰ 500 ਰੁਪਇਆ ਅਜਮੇਰ ਸਿੰਘ ਦੀ ਕੈਨੇਡਾ ਐਪਸੋਡ ਵਾਲੇ ਦਿੰਦੇ ਨੇ, ਬਹੁਤ ਬਹੁਤ ਧੰਨਵਾਦ। ਬੈਸਟ ਟ੍ਰੇਡਰ ਤੇ ਜਾਫੀ ਦੱਸਿਆ ਜਾਵੇ ਬਾਈ ਜੀ, ਸੱਤਾ ਰਾਟੂ ਘਰੇ ਜਾਵੜੇ ਜ਼ਰੂਰੀ ਕੰਮ ਹੈ। ਕੁਲਵਿੰਦਰ, ਕੁਲਵਿੰਦਰ ਤੂਰ ਕੈਨੇਡਾ, ਕੁਲਵਿੰਦਰ ਤੂਰ ਕੈਨੇਡਾ, ਕੈਲ ਤੂਰ, ਇੱਕੋ ਮਿੰਟ ਬੀਤੇ ਲਵਾਂਗਾ। ਬੈਸਟ ਰੇਡਰ ਜਿਹੜਾ ਕੱਢਿਆ ਗਿਆ ਹੈ ਹਰਜੋਤ ਪਿੰਡਰਾਂ ਦੀ ਧਰਤੀ ਦਾ, ਤਾੜੀਆਂ ਮਾਰ ਦਿਓ ਬਾਈ ਜੀ। ਕੁਲਵਿੰਦਰ ਸਿੰਘ ਜੀ ਕੈਨੇਡਾ, ਬੈਸਟ ਜਾਫੀ, ਬੈਸਟ ਜਾਫੀ ਜਿਹਨਾਂ ਨੂੰ ਟੀਵੀ ਦਿੱਤਾ ਜਾਵੇਗਾ ਉਹ ਹਰਪ੍ਰੀਤ ਹੈਪੀ ਮੇਰੇ ਵੀਰੇ, ਉਹਦੇ ਨਾਂ ਤੇ ਵੀ ਤਾੜੀਆਂ ਮਾਰ ਦਿਓ, ਬਹੁਤ ਬਹੁਤ ਮੁਬਾਰਕਬਾਦ ਹੈ, ਕਲੱਬ ਵੱਲੋਂ ਵਧਾਈ ਹੈ, ਮਿਹਰਬਾਨੀ, ਥੈਂਕ ਯੂ ਜੀ। ਗੁਰਪ੍ਰੀਤ ਚੂਰ ਬੇਨਤੀ ਹੈ, ਗੁਰਪ੍ਰੀਤ ਚੂਰ ਬਲੌਰ ਸਿੰਘ ਜੀ ਔਰ ਦਾ ਭਰਾ ਸੁੱਖਾ, ਉਹ ਆਪਣਾ ਮਾਨ ਸਨਮਾਨ ਲਵੇ। ਗੁਰਪ੍ਰੀਤ ਦੁਬਈ ਵਾਲਾ, ਉਹਦਾ ਭਰਾ ਜਿਹੜਾ ਸੁੱਖਾ, ਉਹ ਆਪਣਾ ਮਾਨ ਸਨਮਾਨ ਲਵੇ। ਗੁਰਪ੍ਰੀਤ ਸਿੰਘ ਜੀ ਤੂਰ ਕੈਨੇਡੀਅਨ, ਉਹਨਾਂ ਦੇ ਫਾਦਰ ਸਾਹਿਬ ਸਰਦਾਰ ਸੁਖਮਿੰਦਰ ਸਿੰਘ ਜੀ ਤੂਰ ਕੈਨੇਡਾ। ਨਾਲ ਹੀ ਸਾਡੇ ਵੀਰ ਨੇ ਦੱਸਿਆ ਵੀ ਜਿੱਥੇ ਰੇਸ਼ਮ ਖੁਸਾ ਸਰੀ ਦੇ ਵਿੱਚ ਬੈਠਾ ਮੈਚ ਦੇਖ ਰਿਹਾ ਹੈ, ਉੱਥੇ ਨਾਲ ਹੀ ਉਹਨਾਂ ਦੇ ਬੈਠੇ ਨੇ ਐਮ ਸਪੋਰਟ ਦੇ ਵਿੱਚ ਬੈਠੇ ਮੈਚ ਦੇਖ ਰਹੇ ਨੇ, ਉੱਥੇ ਨਾਲ ਹੀ ਤੇਜ ਕਬੱਡੀ ਖਿਡਾਰੀ ਤੇ ਗੇਜਾ ਕਬੱਡੀ ਖਿਡਾਰੀ ਰੇਸ਼ਮ ਦੇ ਨਾਲ ਬੈਠੇ ਮੈਚ ਦੇਖ ਰਹੇ ਨੇ ਨੈੱਟ ਤੇ, ਬਹੁਤ ਬਹੁਤ ਧੰਨਵਾਦ ਹੈ। ਹਰਦੀਪ ਸਿੰਘ ਜੀ ਤੂਰ ਮਨੀਲਾ, ਉਹਨਾਂ ਦੇ ਫਾਦਰ ਸਾਹਿਬ ਸਰਦਾਰ ਚੰਦ ਸਿੰਘ ਜੀ ਮਨੀਲਾ, ਸਰਦਾਰ ਚੰਦ ਸਿੰਘ ਜੀ ਮਨੀਲਾ ਉਹ ਆ ਕੇ ਆਪਣਾ ਮਾਨ ਸਨਮਾਨ ਲੈਣਗੇ। ਸਰਦਾਰ ਚੰਦ ਸਿੰਘ ਜੀ ਮਨੀਲਾ, ਨਾਲ ਸਾਡਾ ਵੀਰਾ ਛੋਟਾ ਜਿਹਾ ਜੋਤ ਚੰਦ ਸਿੰਘ ਜੀ ਮਨੀਲਾ ਆਪਣਾ ਮਾਨ ਸਨਮਾਨ ਲੈਣਗੇ। ਚੰਦ ਸਿੰਘ ਜੀ ਮਨੀਲਾ, ਸੁੱਖੇ ਮੈਚ ਸਟਾਰਟ ਕਰਵਾ ਦਿਓ ਯਾਰ। ਬਾਈ ਜੀ ਜੋਗੇ ਵਾਲੇ ਦੇ ਖਿਡਾਰੀ ਮੇਰੇ ਖਿਆਲ ਚ ਕੁਝ ਪਹੁੰਚ ਗਏ ਨੇ ਕਿ ਸਾਰੇ ਆ ਗਏ ਨੇਲੇ ਜੋਗੇ ਵਾਲਾ। ਬਾਈ ਜੀ ਰੈਫਰੀ ਸਾਹਿਬਾਨ ਕਿੱਥੇ ਨੇ? ਰੈਫਰੀ, ਸਾਡੇ ਰੈਫਰੀ ਕਿਰਪਾ ਕਰਕੇ ਗਰਾਊਂਡ ਚ ਆਉਣ ਬਾਈ ਜੀ ਰੈਫਰੀ। ਟੀਮਾਂ ਹੈਗੀਆਂ, ਰੈਫਰੀ ਕਿੱਥੇ ਉੱਠ ਗਏ? ਹੈਲੋ, ਨਾਲ ਹੀ ਪਿੰਦਰ ਰਣਿਆਲੇ ਨੂੰ ਬੇਨਤੀ ਹੈ ਪਲੀਜ਼ ਗਰਾਊਂਡ ਚ। ਆਪਾਂ ਬੇਨਤੀ ਕਰਦੇ ਹਾਂ ਵੀ ਜਗਸੀਰ ਸਿੰਘ ਸੀਰਾ ਕੈਨੇਡਾ ਮੋਟਰਾਂ ਵਾਲਾ, ਸੀਰਾ ਕੈਨੇਡਾ ਮੋਟਰਾਂ ਵਾਲਾ, ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜਾ ਸਾਡਾ ਵੀਰਾ ਬੀਤੀ ਸੱਜਣ
ਬੀਤੀ ਨੂੰ ਬੇਨਤੀ ਆ, ਬੀਤੀ ਸੱਜਣ ਉਹ ਸਿਰੇ ਦਾ ਸਨਮਾਨ ਚਿੰਨ੍ਹ ਲਊਗਾ, ਸਿਰਾ ਕੈਨੇਡਾ ਦੇ ਵਿੱਚ ਵਸਿਆ ਔਰ ਉਹਦਾ ਮਿੱਤਰ ਹੈ। ਅਸੀਂ ਬੇਨਤੀ ਕਰਦੇ ਬੀਤੀ ਬੀਤੀ ਜਿਹੜਾ ਸੱਜਣ ਹੈ ਉਹ ਕਿਰਪਾ ਕਰਕੇ ਸਨਮਾਨ ਚਿੰਨ੍ਹ ਲਵੇਗਾ ਸਿਰੇ ਵੋਟਰਾਂ ਵਾਲੇ ਦਾ। ਲਓ ਜੀ ਟਾਸ ਕੀਤੀ ਜਾਵੇ, ਮੁਕਾਬਲਾ ਸ਼ੁਰੂ ਕੀਤਾ ਜਾਵੇ ਕਿਉਂਕਿ ਬਾਅਦ ਦੇ ਵਿੱਚ ਫਿਰ ਮੈਚ ਦੇ ਵਿੱਚ ਰੈਸਟ ਪੈ ਜਾਵੇਗੀ। ਸੋ ਬੇਨਤੀ ਹੈ ਇੱਧਰ ਆ ਜਾਓ ਇੱਕ ਜਣਾ, ਆ ਖੰਨਾ ਖੜਾ ਹੈ ਸਿੰਘ ਜੀ, ਸਾਨਵ ਸਰਦਾਰ ਅਰਜੁਨ ਸਿੰਘ ਜੀ, ਆ ਜੋਗੇ ਵਾਲੀ ਉਹ ਇੱਕ ਜਣਾ ਆਇਓ ਟਾਸ ਕਰਿਓ, ਆ ਖੰਨੇ ਵੀਰ ਚੱਲ, ਸੇਬੀ ਤੇ ਜੱਗਾ ਬਾਈ ਜੀ ਉਹ ਵੀ ਗਰਾਊਂਡ ਦੇ ਵਿੱਚ ਆਉਣ, ਸੇਬੀ ਤੇ ਜੱਗਾ। ਬਾਈ ਜੀ ਜਲਦੀ ਤੋਂ ਜਲਦੀ ਇਹ ਮੈਚ ਜਿਹੜਾ ਚਾਲੂ ਕਰਵਾਇਆ ਜਾਵੇ, ਸੋਹਣਾ ਮੈਚ ਤੁਹਾਡੇ ਸਾਹਮਣੇ ਅੱਜ ਇਹਨਾਂ ਗਰਾਊਂਡਾਂ ਦੇ ਵਿੱਚ ਖੇਡਿਆ ਜਾਵੇਗਾ, ਮੈਚ ਬਾਈ ਜੀ ਚਾਲੂ ਕਰਵਾਇਆ ਜਾਵੇ। ਔਰ ਨਾਲ ਹੀ ਰਾਜੂ ਮਣਾ ਜਿਹਾ ਦੱਸੀ ਅਗਲਾ ਮੈਚ ਜਿਹੜੀ ਇਹਨਾਂ ਚੋਂ ਜਿੱਤੇਗੀ ਇਹ ਸੈਮੀਫਾਈਨਲ ਹਨ, ਫਾਈਨਲ ਦੇ ਵਿੱਚੋਂ ਗਿਣੀ ਜਾਊਗੀ ਕਿਉਂਕਿ ਵੀਰ ਇੱਕ ਟੀਮ ਤਾਂ ਪਹਿਲਾਂ ਹੀ ਬਾਈ ਦੇ ਵਿੱਚ ਹੈ, ਫਾਈਨਲ ਦੇ ਗਿਣਾਂਗੇ। ਨਾਲ ਹੀ ਸਾਡੇ ਸਤਿਕਾਰਯੋਗ ਕੁਲਵਿੰਦਰ ਸਿੰਘ ਜੀ ਟੂਰ ਕੈਨੇਡੀਅਨ, ਬਾਈ ਨੀਲਾ ਸ਼ਕੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦੇ ਆ, ਸਰਦਾਰ ਸ਼ਕੰਦਰ ਸਿੰਘ ਜੀ ਕੈਨੇਡਾ ਵਾਲੇ, ਤਰਸੇਮ ਸਿੰਘ ਜੀ ਕਾਕੂ ਖੇਤਾਂ ਵਾਲੇ ਉਹਨਾਂ ਦਾ ਬੇਟਾ ਡਾਕਟਰ ਜਸਵੰਤ ਉਹ ਆ ਜਾਵੇ। ਮੁਕਾਬਲਾ ਸ਼ੁਰੂ ਹੋ ਜਾ ਰਿਹਾ ਹੈ, ਮੈਂ ਦੱਸ ਦੇਵਾਂ ਵੀ ਪਿੰਡਰਾਂ ਵਾਲਿਆਂ ਦੇ ਇੱਧਰ ਖੇਤਾਂ ਵਾਲੀ ਸਾਈਡ ਰੱਖ ਲਈ ਹੈ ਔਰ ਜੋਗੇ ਵਾਲੀ ਪਹਿਲਾਂ ਦੀ ਤਰ੍ਹਾਂ ਪਿੰਡ ਵਾਲੇ ਪਾਸੇ ਆ ਗਏ ਨੇ। ਗੁਰਪ੍ਰੀਤ ਦੁਬਈ ਸੁੱਖੇ ਨੂੰ ਬੇਨਤੀ ਆ, ਗੁਰਪ੍ਰੀਤ ਦੁਬਈ, ਗੁਰਪ੍ਰੀਤ ਦੁਬਈ ਸਾਡੇ ਸਤਿਕਾਰਯੋਗ ਸਰਦਾਰ ਦਲਜੀਤ ਸਿੰਘ ਜੀ ਆਣ ਦੀਆਂ, ਸਰਪੰਚ ਸਾਹਿਬ ਪੰਡੂਰੀ ਵਾਲੇ ਉਹਨਾਂ ਦੇ ਲਈ ਵੀ ਜਿਹੜੇ ਵੱਡੇ ਆਦਰ ਸਤਿਕਾਰ ਬਖਸ਼ੇ ਜਾ ਰਹੇ ਆ, ਬੜੀ ਸਨਮਾਨਯੋਗ ਸ਼ਖਸੀਅਤ ਹੈ ਸਾਡੇ ਨਿੱਕੇ ਜਿਹੇ ਸੱਦੇ ਤੇ ਆਏ, ਆਪਾਂ ਧੰਨਵਾਦ ਕਰਦੇ ਇੱਥੇ ਪੁੱਜਣ ਦੇ, ਜੀ ਆਇਆਂ ਆਖਦੇ ਆ ਬਾਈ ਸਤਨਾਮ ਹੋਣਿਆਂ ਵੱਲੋਂ, ਨਿਰਮਲ ਸਿੰਘ ਜੀ, ਕਲੇਰ ਪ੍ਰਧਾਨ ਸਾਹਿਬ, ਸਾਰੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ, ਦਲਜੀਤ ਸਿੰਘ ਜੀ ਸਰਪੰਚ ਪੰਡੋਰੀ ਵਾਲੇ ਆਪਾਂ ਧੰਨਵਾਦ ਕਰਦੇ ਹਾਂ। ਆੜਤੀ ਸਾਹਿਬ ਲਾ ਦੀ ਮੋਮ ਸਪਰੇ ਜਿਹੜੀ ਪਹੁੰਚ ਦੀ ਕਰ ਦਿੱਤੀ ਜਾਵੇ, ਗੁਰਪ੍ਰੀਤ ਟੂਰ, ਗੁਰਪ੍ਰੀਤ ਟੂਰ ਦੁਬਈ ਵਾਲੇ ਉਹਨਾਂ ਦਾ ਜਿਹੜਾ ਵੀਰ ਆ ਸੁੱਖਾ, ਸੁੱਖੇ ਨੂੰ ਬੇਨਤੀ ਆ ਸੁੱਖਾ ਆਪਣੇ ਵਾਰ ਸਰਵਾਲ ਲਵੇ। ਬੀਤੇ ਫਾਈਨਲ ਸੈਮੀਫਾਈਨਲ ਮੈਚ ਦਾ ਬੜਾ ਜਿਹਾ ਧਿਆਨ ਦੇਈ, ਇੱਧਰ ਵੀ ਪਹਿਲੀ ਕਬੱਡੀ ਰਮਨੇ ਨੇ ਪਾ ਦਿੱਤੀ ਹੈ ਔਰ ਇੰਦਗੜੀਏ ਬਗੀਚੇ ਦੇ ਮੇਰੇ ਵੀਰੇ ਕੋਸ਼ਿਸ਼ ਕੀਤੀ ਪਰ ਪੁਆਇੰਟ ਜਿਹੜਾ ਰਮਨ ਦੇ ਹਿੱਸੇ ਦੇ ਵਿੱਚ ਰੁੜਦਾ ਹੋਇਆ ਗਰਾਊਂਡ ਦੇ ਵਿੱਚੋਂ ਮੂਵ ਸਪਰੇ ਦੀ ਸੀਸੀ ਕਿਸੇ ਬੱਚੇ ਨੂੰ ਬੇਨਤੀ ਹੈ ਚੱਕ ਦੇਵੇ। ਅਗਲੀ ਕਬੱਡੀ ਕਹਿੰਦੇ ਨੇ ਵੀ ਗਗਨ ਪਾਉਣ ਦੇ ਲਈ ਵਾਧਾ ਹੋਇਆ, ਜੋਗੇ ਵਾਲੀ ਕਲਵੰਤ ਆਪਣੇ ਇਸ ਖਿਡਾਰੀ ਤੇ ਮਾਣ ਕਰਦਾ ਮੇਰੇ ਵੀਰੋ, ਕਹਿੰਦੇ ਕੋਚ ਦੇ ਕਹਿਣ ਤੇ ਜਿਹੜੇ ਮਿਹਨਤਾਂ ਲਾਉਂਦੇ ਨੇ ਜਾਹਰ ਹੈ ਕਿ ਉਹ ਕੁਝ ਕਰਕੇ ਦਿਖਾਉਂਦੇ ਨੇ, ਫਿਰ ਭਾਵੇਂ ਉਹ ਰੇਡਰ ਹੋਵੇ ਭਾਵੇਂ ਹੋਵੇ ਜਾਫੀ, ਸੁਖਿਆ ਵਧਾਈਆਂ ਕੋਚ ਨੂੰ ਮਿਲਦੀਆਂ ਨੇ, ਜਿਹਨੇ ਮੂਰਤ ਹੋਵੇ ਤਰਾਸ਼ੀ ਵਧਾਈਆਂ ਕੋਚ ਨੂੰ ਮਿਲਦੀਆਂ ਨੇ, ਜਿਹਨੇ ਮੂਰਤ ਹੋਵੇ ਤਰਾਸ਼ੀ। ਸਾਡੇ ਜੋਗੇ ਵਾਲੀ ਕਲਵੰਤ ਬੈਠਾ ਨਜ਼ਰ ਆ ਰਿਹਾ ਹੈ, ਸਾਹਮਣੇ ਲੱਖੇ ਦੀ ਪਈ ਹੋਈ ਕਬੱਡੀ, ਉਧਰ ਗੁਰਬਖਸ਼ੀਸ ਕੋਚ ਹੈ, ਇਹ ਮੇਰੇ ਵੀ ਦੋਨੇ ਪਾਸੇ ਕੋਚ ਬੈਠੇ ਨਜ਼ਰ ਆ ਰਹੇ ਨੇ ਔਰ ਦੂਜੇ ਪਾਸੇ ਨਿਰਭੈ ਕਬੱਡੀ ਪਾਵੇਗਾ। ਨਹੀਂ ਰਿਸਾ, ਸੋਹਣੇ ਮੈਚ ਜਿਹੜੇ ਖੇਡੇ ਜਾ ਰਹੇ ਨੇ, ਜਿਹੜੇ ਜਾਫੀਆਂ ਨੂੰ ਫਕਰ ਹੋਵੇ
ਗ੍ਰਾਮ ਪੰਚਾਇਤ ਨਾਲ ਮਾਣ ਸਨਮਾਨ ਹੋਵੇਗਾ। ਸਿੱਖ ਸਰਦਾਰ ਸਾਡਾ ਵੀਰ ਛੱਡੂ ਨਿਰਮਲ ਸਿੰਘ ਜੀ ਸਿਰੇ ਦਾ ਜਾਫੀ ਆ, ਨੌਜਵਾਨ ਕਬੱਡੀ ਸਿਰੇ ਦੀ ਖੇਡੀ ਆ, ਸਿਰੇ ਦਾ ਜਾਫੀ ਆ, ਮਾਣ ਸਨਮਾਨ ਦਿੱਤਾ ਜਾ ਰਿਹਾ ਹੈ। ਨਾਲ ਦੀ 10 ਪੁਆਇੰਟ ਨਿਰਪਾਇ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਫਿਰ ਰਮਨਾ ਪਾਵੇਗਾ। ਕਹਿੰਦੇ ਜਿਹੜੇ ਜਾਫੀਆਂ ਨੂੰ ਫਕਰ ਹੋਵੇ ਜੱਫੇ ਉਹੀ ਲਾਉਂਦੇ ਨੇ, ਜਿਹੜੇ ਰੇਡਰਾਂ ਨੂੰ ਮਾਣ ਹੋਵੇ ਉਹ ਰੇਡਾਂ ਉਹੀ ਪਾਉਂਦੇ ਨੇ, ਜਿਹੜੇ ਮਿਹਨਤ ਨਹੀਂ ਲਾਉਂਦੇ ਉਹ ਚਾਰ ਨਹੀਂ ਵਿਖਾ ਸਕਦੇ, ਜਿਹੜੇ ਕੋਚ ਨੂੰ ਕੋਚ ਦੀ ਥਾਂ ਨਹੀਂ ਦਿੰਦੇ ਸਿੱਖਿਆ ਉਹ ਤਰੱਕੀ ਨਹੀਂ ਪਾ ਸਕਦੇ, ਉਹ ਕੁਝ ਕਰਕੇ ਨਹੀਂ ਦਿਖਾ ਸਕਦੇ। ਗੁਰਪ੍ਰੀਤ ਟੂਰ ਦੁਬਈ ਉਹਦੇ ਜਿਹੜੇ ਭਾਈ ਸਾਹਿਬ ਸੁੱਖਾ ਜੀ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਸਾਡੇ ਕਲੱਬ ਵੱਲੋਂ, ਬੜੀ ਸਹਾਇਤਾ ਦਿੱਤੀ ਉਹਨਾਂ ਨੇ। ਸੁੱਖਾ ਸਾਡਾ ਵੀਰ ਹੈ, ਗੁਰਪ੍ਰੀਤ ਦੁਬਈ ਦੇ ਵਿੱਚ ਰਹਿੰਦਾ ਹੈ। ਨਾਲ ਦੀ ਬਹੁਤ ਹੀ ਸੋਹਣਾ ਪੁਆਇੰਟ ਰਮਨ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਜਦ ਹੋਇਆ ਫਾਈਨਲ ਮੈਚ ਤਾਂ ਹੱਥ ਦਿਖਾਏ ਪੱਪੂ ਦੇ, ਤਕੜੇ ਤਕੜੇ ਰੇਡਰ ਢੇਰੀਆਂ ਕੋਲੇ ਢਾਏ ਪੱਪੂ ਨੇ, ਸਰਬਜੀਤ ਸਿੰਘ ਆਏ ਬੜੇ ਨਜ਼ਾਰੇ, ਜਦ ਨੋਟ ਚੰਨੇ ਨੇ ਵਾਰੇ ਕਰਕੇ ਚਿੱਤ ਕਰਾੜਾਂ ਦਾ, ਹਰਜੀਤ ਬੜਾਈ ਚੇਤੇ ਆਇਆ ਪੁੱਤ ਬਰਾੜਾਂ ਦਾ, ਹਰਜੀਤ ਬੜਾਈ ਚੇਤੇ ਆਇਆ ਪੁੱਤ ਬਰਾੜਾਂ ਦਾ। ਸੋਨੇ ਘਾਲੀ ਨੇ ਕੋਸ਼ਿਸ਼ ਕੀਤੀ ਪਰ ਪੁਆਇੰਟ ਰੇਡਰ ਦਾ ਬੇਨਤੀ ਵੀ ਆਪਣੇ ਮਾਨ ਸਨਮਾਨ ਲੈਣਗੇ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਸਰਦਾਰ ਸੁਖਮਿੰਦਰ ਸਿੰਘ ਜੀ। ਸੁਖਮਿੰਦਰ ਸਿੰਘ ਜੀ ਤੂਰ ਸਾਹਿਬ ਸਰਪੰਚ ਸਾਹਿਬ ਉਹ ਆਪਣਾ ਮਾਨ ਸਨਮਾਨ ਲੈਣਗੇ ਸਰਪੰਚ ਸਾਹਿਬ। ਨਾਲ ਹੀ ਸਾਡੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਮਿੰਟਨ ਵਾਲੇ ਦਵਿੰਦਰ ਸਿੰਘ ਜੀ ਧਾਨਾ ਵੈਰੋ ਤੇ ਨਿੱਟ ਤੇ ਬੈਠੇ ਨੇ, ਸੋਨੀ ਸਬੱਦੀ ਵਾਲਾ ਸ਼ੇਰਾ ਢਿੱਲੋਂ ਦੀ ਬੈਠੇ ਮੈਚ ਦੇਖ ਰਹੇ ਨੇ, ਨਾਲ ਹੀ ਬਾਬਾ ਫਰੀਦ ਕਬੱਡੀ ਕਲੱਬ ਵਾਲੇ ਜੀ, ਬਾਬਾ ਗੁਰਜੰਟ ਸਿੰਘ ਜੀ ਉਹ ਵੀ ਆਪਣਾ ਮਾਨ ਸਨਮਾਨ ਲੈਣਗੇ ਪੰਜ ਗੁਰਜੰਟ ਸਿੰਘ ਜੀ। ਬਾਬਾ ਫਰੀਦ ਕਬੱਡੀ ਕਲੱਬ ਵਾਲੇ ਸਾਡੇ ਜਲੰਧਰ ਸਿੰਘ ਜੀ ਸਿੱਧੂ ਪੰਜ ਗ੍ਰਾਈ ਖੇਡ ਪ੍ਰਮੋਟਰਾਂ ਦੀ ਦੁਨੀਆਂ ਦੇ ਵਿੱਚੋਂ ਇੱਕ ਨੇ, ਮੇਜਰ ਬਰਾੜ ਜੀ, ਸੁੱਖ ਢਿੱਲੋਂ ਟਾਲ ਰੋਹੀ ਕੁਲਵਿੰਦਰ ਰੁਬਾਣੇ ਵਾਲਾ ਮੈਚ ਦੇਖ ਰਹੇ ਨੇ, ਗੁਰਮੀਤ ਮੰਡ ਵਾਲਾ ਧੰਨਵਾਦ ਹੈ, ਜਗਰਾਜ ਮਾਲਾ ਦੀ ਬਾਲਟਲ ਵੈਲੀ ਵਾਲੇ ਉਹ ਵੀ ਮੈਚਾਂ ਦਾ ਆਨੰਦ ਮਾਣਦੇ ਨੇ, 100 ਰੁਪਈਆ ਸੁਖਮੰਦਰ ਸਿੰਘ ਜੀ ਜਾਲ ਕਹਿੰਦੇ ਨੇ ਵੀ ਰਮਨੇ ਤੇ ਹੈ ਜਿਹੜਾ ਇਹਨੂੰ ਰੋਕੇਗਾ, ਹੈ ਕਿਸੇ ਦੀਆਂ ਬਾਹਾਂ ਦੇ ਵਿੱਚ ਦਮ, ਇੱਕ ਪਾਸੇ ਹਰਪ੍ਰੀਤ ਦੂਜੇ ਪਾਸੇ ਬਗੀਚਾ ਵਿਚਾਲੇ ਕੀਪਾ ਤੇ ਨਹਿਲਾ, ਮੇਰੇ ਵੀਰੋ ਪਈ ਹੋਈ ਕਬੱਡੀ ਰਮਨੇ ਨੇ ਪਾ ਦਿੱਤੀ ਹੈ ਨਹਿਲਾ, ਸੁੱਚਾ ਸਿੰਘ ਮਾਣ ਕਰਦਾ ਆਪਣੇ ਇਸ ਪੁੱਤਰ ਤੇ, ਜੋਗੇ ਵਾਲੀਆ ਕੁਲਵੰਤ ਮਾਣ ਕਰਦਾ, ਬੈਠਾ ਬੈਠਾ ਇਹ 100 ਰੁਪਈਆ ਹੋਵੇਗਾ ਸੁਖਮੰਦਰ ਸਿੰਘ ਜੀ ਜਾਲ ਸਾਹਿਬ ਦੀ ਤਰਫੋਂ ਨਹਿਲੇ ਦੇ ਲਈ। ਬਾਹੋ ਸੱਜਣਾ ਨਹੀਂ ਰਿਸਾ ਸ਼ੇਰ ਪਿੰਜਰੇ ਦੇ ਵਿੱਚ ਬੰਦ ਹੋਵੇ। ਸਾਡੇ ਜਗਸੀਰ ਸਿੰਘ ਜੀ ਸੀਰਾ ਕਨੇਡਾ ਮੋਟਰਾਂ ਵਾਲਾ ਉਹਨਾਂ ਦਾ ਮਾਨ ਸਨਮਾਨ ਸਾਡੇ ਬੀਤੀ ਸੱਜਣ ਬੀਤੀ ਸੱਜਣ। ਨਾਲ 100 ਰੁਪਈਆ ਗਗਨ ਦੀ ਰੇਡ ਤੇ ਲਾ ਗਿਆ ਸੁਖਮੰਦਰ ਸਿੰਘ ਦੀ ਜਾਲ ਦੀ ਤਰਫੋਂ ਪੈਂਦੀ ਹੋਈ ਕਬੱਡੀ ਹੈ, ਹੁਣ ਦੇਖਣਾ ਵੀ ਕੌਣ ਜੱਫਾ ਲਾਵੇਗਾ। ਉਧਰ 100 ਰੁਪਈਆ ਮੇਰੇ ਵੀਰੋ ਨਹਿਲੇ ਨੇ ਪ੍ਰਾਪਤ ਕਰ ਲਿਆ ਸਨਮਾਨ ਤੇ ਲਊਗਾ ਜਗਸੀਰ ਸੀਰਾ ਮੋਟਰਾਂ ਵਾਲਾ। ਲਾ ਜੀ ਜਗਿੰਦਰ ਸਿੰਘ ਦੀ ਜਾਲ ਸਾਹਿਬ ਗਗਨ ਦੇ ਲਈ, ਜਸਵਿੰਦਰ ਸਿੰਘ ਦੀ ਜਾਲ ਗਗਨ ਦੋਗੇ ਵਾਲੀਏ ਦੇ ਲਈ 100 ਰੁਪਈਆ ਪਹੁੰਚਦਾ ਕਰਦੇ ਨੇ ਧੰਨਵਾਦ ਹੈ। ਸਾਹਮਣੇ ਪਈ ਹੋਈ ਕਬੱਡੀ ਕਹਿੰਦੇ ਨੇ ਵੀ ਲੱਖੇ ਦੇ ਪਾ ਦਿੱਤੀ ਹੈ, ਕਹਿੰਦੇ ਸ਼ੇਰ ਪਿੰਜਰੇ ਦੇ ਵਿੱਚ
ਕੰਡ ਹੋਵੇ ਡਰ ਫੇਰ ਵੀ ਲੱਗਦਾ ਏ। ਜਦ ਕਹਿੰਦੇ ਨੇ ਵੀ ਲੱਖਾਂ ਰੇਡਾਂ ਪਾਵੇ ਬੜਾ ਹੀ ਫੱਪਦਾ ਏ, ਜਦ ਨਾਲ ਲਗਮਾ ਬਗੀਚਾ ਜੱਫਾ ਲਾ ਦੇਵੇ ਤੇ ਤਾੜੀਆਂ ਵੱਜਦੀਆਂ ਨੇ। ਕਹਿੰਦੇ ਨੇ ਵੀ ਜਦ ਰੇਡਰ ਕਿਸੇ ਦੀ ਕੁੰਗਲ ਦੇ ਵਿੱਚੋਂ ਨਿਕਲ ਜਾਵੇ ਫਿਰ ਸ਼ਰਤਾਂ ਲੱਗਦੀਆਂ ਨੇ। ਅੱਜ ਬੜੇ ਤਕੜੇ ਬਾਜ ਖੇਡੇ ਜਾ ਰਹੇ ਨੇ ਖੋਸਿਆਂ ਦੀ ਧਰਤੀ ਤੇ। ਖੋਸਾ ਰਣਧੀਰ ਜਿਹੜੀ ਫਾਈਨਲ ਦੇ ਵਿੱਚ ਪਹੁੰਚੀ ਹੋਈ ਹੈ, ਜਿਹੜੀ ਇਹਨਾਂ ਚੋਂ ਜਿੱਤੇਗੀ ਉਹ ਫਾਈਨਲ ਚ ਜਾਵੜੇਗੀ। ਪਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਸੱਜਣਾ ਪਾ ਫਿਰ ਕਬੱਡੀ ਅਗਲੀ ਕਬੱਡੀ ਲੱਖਾ ਜਿਹੜਾ ਛੇਰ ਭੇਡਾਂ ਦੇ ਵਿੱਚ ਰਹਿੰਦਾ ਉਹ ਫੜਕ ਮਾਰ ਨਹੀਂ ਭੁੱਲ ਜਾਂਦਾ। ਜੋ ਰੋਜ਼ ਪੀਣ ਦਾ ਆਦੀ ਏ ਜਾਂ ਸੁੱਕ ਜਾਂਦਾ ਜਾਂ ਫੁੱਲ ਜਾਂਦਾ, ਸੁਖਿਆ ਜੀ ਨੂੰ ਪਿਆਰ ਕਬੱਡੀ ਨਾਲ ਹੋਵੇ ਉਹ ਹੋਰ ਖੇਡਾਂ ਨੂੰ ਭੁੱਲ ਜਾਂਦਾ। ਇੱਧਰ ਪਈ ਹੋਈ ਕਬੱਡੀ ਲੱਖੇ ਹੇਰਦੀ ਹੈ। ਸਾਡੇ ਵੀਰ ਫੌਜੀ ਕਲੇਰ ਵੱਲੋਂ ਨਰਭੈ ਦੇ ਲਈ 100 ਰੁਪਏ ਦਾ ਵਿਸ਼ੇਸ਼ ਮਾਣ ਹੈ, ਅਸੀਂ ਧੰਨਵਾਦੀ ਹਾਂ ਬਾਈ ਫੌਜੀ ਕਲੇਰ ਦੇ। 100 ਸਰਦਾਰ ਸ਼ੇਰ ਸਿੰਘ ਜੀ ਕਲੱਬ ਦੇ ਅਹੁਦੇਦਾਰ ਨੇ ਜੋ ਉਹਨਾਂ ਵੱਲੋਂ ਇਕਬਾਲ ਸਿੰਘ ਜੀ ਬਲਾਕ ਸਮਿਤੀ ਮੈਂਬਰ, ਜਸਵਿੰਦਰ ਸਿੰਘ ਜੀ ਜਾਲ ਇੰਡਸਟਰੀ, ਨਰਭੈ ਖੋਸੇ ਕੋਟਲੇ ਦੇ ਲਈ 100 ਰੁਪਈਆ, ਮਲਕੀਤ ਸਿਆਂ ਵੀ ਫੜ ਲਈ ਗਿਰ, ਸਾਡੇ ਜਸਵਿੰਦਰ ਸਿੰਘ ਜੀ ਜਾਲ ਇੰਡਸਟਰੀ ਲਾ ਦੀ ਕਗਲ ਨੂੰ ਜਿਹੜਾ ਜੱਫਾ ਲਾਵੇਗਾ। ਸੁਖਮੰਦਰ ਜਾਲ ਜੀ ਦਾ ਕਹਿੰਦੇ ਵੀ 100 ਰੁਪਈਆ ਕਗਨ ਦੇ ਗੁੱਟ ਨਾਲ ਬੰਨਿਆ ਹੋਇਆ ਹੈ। ਸਾਹਮਣੇ ਪੈਂਦੀ ਹੋਈ ਕਬੱਡੀ ਗਗਨ ਜੋਗੇ ਵਾਲੀ ਆ, ਮਾਣ ਹੈ ਕੋਚ ਨੂੰ। ਔਰ ਦੂਜੇ ਪਾਸੇ ਜੱਫਾ ਲੱਗਿਆ ਹੋਇਆ, ਨਹੀਂ ਸਰ ਮਾਰੋ ਤਾੜੀਆਂ, ਮਾਰੋ ਤਾੜੀਆਂ, ਮਾਰੋ ਤਾੜੀਆਂ। ਭਜਨ ਸਿੰਘ ਜੀ, ਸਰਦਾਰ ਭਜਨ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦੇ ਵੀ ਆਪਣਾ ਮਾਨ ਸਨਮਾਨ ਲੈਣਗੇ। ਸਰਦਾਰ ਭਜਨ ਸਿੰਘ ਜੀ, ਬੀਬੀ ਲਖਵਿੰਦਰ ਕੌਰ ਜੀ ਲਾ ਦੀ ਸੋਨੇ ਘਾਲੀ ਦੇ ਕੋਲ ਜੀ ਪੰਜ, ਆ ਜਿਹੜਾ ਜਾਫੀ ਸੀ ਸੋਨਾ ਘਾਲੀ ਸੀ, ਬੀਬੀ ਗੁਰਮੀਤ ਕੌਰ ਜੀ ਪੰਜ, ਔਰ ਸਾਹਮਣੇ ਸਿੰਘ ਜੀ ਮੈਂਬਰ ਮਾਨ ਸਨਮਾਨ ਲੈਣਗੇ ਡਾਕਟਰ ਰਵਿੰਦਰ ਸਿੰਘ ਜੀ ਪਸ਼ੂ ਹਸਪਤਾਲ ਖੋਸਾ ਕੋਟਲਾ। ਨਹਿਲਾ ਜੋਗੇ ਵਾਲੀ ਨੇ ਕੋਸ਼ਿਸ਼ ਕੀਤੀ ਰਮਣੀ ਨੂੰ ਪਰ ਪੁਆਇੰਟ ਰੇਡਰ ਵੀਰ ਕੌਰ, ਔਰ ਉਹਨਾਂ ਦੇ ਜੋ ਪਤੀ ਆ ਸਰਦਾਰ ਸੀਤਾ ਸਿੰਘ ਜੀ ਮੈਂਬਰ ਸਾਹਿਬ, ਉਹ ਆਪਣਾ ਸਨਮਾਨ ਚਿੰਨ੍ਹ ਲੈਣਗੇ। ਲਾ ਜੀ ਸਾਹਮਣੇ ਪਈ ਹੋਈ ਕਬੱਡੀ ਹੈ, ਕਹਿੰਦੇ ਨੇ ਵੀ ਬਹੁਤ ਹੀ ਸੋਹਣਾ ਜੱਫਾ ਜਿਹੜਾ ਬਾਬੂ ਭਿੰਡਰ ਨੇ ਲਾ ਦਿੱਤਾ ਹੈ ਖੋਸਿਆਂ ਵਾਲੇ ਅੰਦਰ। ਪਾਇਆ ਤੂੰ ਮੇਰੇ ਵੀਰੋ, ਅਗਲੀ ਕਬੱਡੀ ਲੱਖਾ ਪਾਵੇਗਾ। ਗੱਲਾਂ ਕਰਦੇ ਨੇ ਯਾਰੋ ਜਿਹੜੇ ਵੱਡੀਆਂ, ਅਸੀਂ ਉਹ ਵੀ ਅਜਮਾਏ ਹੋਏ ਨੇ, ਕਈ ਯਾਰਾਂ ਨੂੰ ਧੋਖਾ ਦੇ ਦਿੰਦੇ, ਅਸੀਂ ਦੁਸ਼ਮਣਾਂ ਨਾਲ ਵਾਅਦੇ ਨਿਭਾਏ ਹੋਏ ਨੇ। ਸੁੱਖਿਆ ਕੌਡੀ ਖਿਲਾਫੀ ਸੀ ਜਿਹੜੇ ਪਸੰਦ ਕਰਦੇ, ਅੱਜ ਉਹ ਵੀ ਕੌਡੀ ਦੇਖਣ ਆਏ ਹੋਏ ਨੇ। ਗੁਰਮੀਤ ਕੌਰ ਪੰਚ ਉਹਨਾਂ ਦਾ ਮਾਨ ਸਨਮਾਨ ਸਰਦਾਰ ਨਾਰ ਸਿੰਘ ਜੀ ਲੈਣਗੇ, ਮਾਨ ਸਨਮਾਨ ਪ੍ਰਾਪਤ ਕਰਨਗੇ ਸਰਦਾਰ ਨਾਰ ਸਿੰਘ ਜੀ। ਲਾ ਦੀ ਸੋਹਣਾ ਬਾਜ ਨਾਲ ਮੈਂ ਬੇਨਤੀ ਕਰਦਾ ਖੋਸਾ ਰਣਧੀਰ ਨੂੰ ਕਿ ਤਿਆਰੀ ਖਿੱਚ ਕੇ ਗਰਾਊਂਡ ਦੇ ਵਿੱਚ ਆ ਜਾਓ। ਜਸਵੰਤ ਸਿੰਘ ਜਿਹੜੀ ਜਿੱਤ ਜਾਵੇਗੀ ਉਹ ਅਰਦਾਸ ਕਰਕੇ ਤੁਰੰਤ ਗਰਾਊਂਡ ਦੇ ਵਿੱਚ ਵਾਪਸ ਆ ਜਾਵੇਗੀ। ਬੇਨਤੀ ਹੈ ਮੇਰੇ ਵੀਰੋ ਖੋਸਾ ਰਣਧੀਰ ਦੀ ਟੀਮ ਨੂੰ ਕਿ ਤੁਰੰਤ ਜਿਹੜੀ ਟੀਮ ਗਰਾਊਂਡ ਦੇ ਵਿੱਚ ਪਹੁੰਚੇ ਅਗਲਾ ਫਾਈਨਲ ਮੈਚ ਜਿਹੜੀ ਇਹਨਾਂ ਦੀ ਜਿੱਤੇਗੀ ਉਹਦੇ ਨਾਲ ਹੋਵੇਗਾ। ਤਰਸੇਮ ਸਿੰਘ ਜੀ ਖੇਤਾਂ ਵਾਲੇ, ਉਹਨਾਂ ਦਾ ਬੇਟਾ ਡਾਕਟਰ ਜਸਵੰਤ ਆਪਣਾ ਮਾਨ ਸਨਮਾਨ ਪ੍ਰਾਪਤ ਕਰਦੇ ਹੋਏ, ਡਾਕਟਰ ਜਸਵੰਤ ਸਾਨਵ ਸਰਦਾਰ ਤਰਸੇਮ ਸਿੰਘ ਜੀ ਖੇਤਾਂ ਵਾਲੇ। ਨਾਲ ਹੀ ਸ਼ੀਰਾ ਕਨੇਡਾ ਬੋਟਰਾਂ ਵੱਲ 100 ਰੁਪਈਆ ਨਿਰਭੈ ਦੇ ਲਈ, ਆਹ ਮਲਕੀਤ ਸਿਆਂ 200 ਦੇ ਰੁਪਏ ਦਾ ਤੇ 100 ਰੁਪਈਆ ਗਗਨ ਦਾ। ਸਾਹਮਣੇ ਕਬੱਡੀ ਪਾਉਂਦਾ ਹੋਇਆ ਰਮਨ, ਕਹਿੰਦੇ ਰਹਿ ਗਿਆ ਜਮਾਨਾ ਨਹੀਂ ਉਹ
ਅੰਬਰਾਂ ਵਿੱਚ ਹਿੱਕ ਉਹੀ ਤਾਰਦਾ ਜਿਵੇਂ ਅੰਬਰਾਂ ਚ ਪਤੰਗ ਚੜਦਾ ਵਿਰਲਾ ਹੀ ਜਾਫੀ ਸੁੱਖਿਆ ਤਕੜੇ ਰੇਡਰ ਦੇ ਬੂਹੇ ਖੜਦਾ ਸਾਹਮਣੇ ਪੱਟਾ ਤੇ ਹੱਥ ਮਾਰਦਾ ਵਾਹ ਨਹੀਂ ਉਰੀਸਾ ਖਿਡਾਰੀ ਮੀਤਾ ਕਬੱਡੀ ਖਿਡਾਰੀ ਹੈਲੋ ਕਲੇਰ ਸਾਹਿਬ ਗੋਸ਼ ਨਾਲ ਹੀ ਸਰਦਾਰ ਹਾਕਮ ਸਿੰਘ ਜੀ ਤੂਰ ਸਰਦਾਰ ਹਾਕਮ ਸਿੰਘ ਤੂਰ ਬਾਈ ਹੈਲੋ ਜਿਹੜੇ ਉਹ ਹਾਕਮ ਸਿੰਘ ਤੂਰ ਕੇ ਆਪਦਾ ਸਮਾਨ ਚੱਲ ਲੈ ਜਾਣਾ ਅੰਗਰੇਜ਼ ਕੇ ਕੁਲਵਿੰਦਰ ਸਿੰਘ ਤੂਰ ਕੈਨੇਡੀਅਨ ਬਾਈ ਦੀ ਰੈਫਰੀ ਦੇ ਨਾਲ ਕਿੰਤੂ ਪ੍ਰੰਤੂ ਨਾ ਕਰੋ ਇਹ ਬੇਨਤੀ ਹੈ ਹੱਥ ਬੰਨ ਕੇ ਕੋਈ ਵੀ ਵੀਰ ਰੈਫਰੀ ਤੇ ਕਿੰਤੂ ਪ੍ਰੰਤੂ ਨਾ ਕਰੋ ਖੋਸੇ ਰਣਧੀਰ ਵਾਲੇ ਗਰਾਊਂਡ 'ਚ ਪਹੁੰਚਦੇ ਕਿਉਂ ਨੀ ਬਾਈ ਜੀ ਖੋਸਾ ਰਣਧੀਰ ਬਸ ਪ੍ਰਣਾਮ ਸਟੇਜ ਤੇ ਪਲੀਜ਼ ਹੈਲੋ ਬਾਈ ਖੇਡਣਾ ਖੇਡੋ ਵੀ ਟੀਮ ਕੱਟ ਦੇਣੀ ਹੈ ਪਿੰਡਰਾਂ ਵਾਲੇ ਆ ਪੁਆਇੰਟ ਕਿੱਧਰ ਆ ਯਾਰ ਉਹ ਬਾਈ ਇੱਕ ਮਿੰਟ ਆ ਪੁਆਇੰਟ ਕਿੱਧਰ ਸੀ ਆ ਪੁਆਇੰਟ ਦੱਸੋ ਕਿੱਧਰ ਪੁਆਇੰਟ ਪਿੰਡਰਾਂ ਨੂੰ ਜੀ ਬਾਈ ਦੱਸੋ ਫੈਸਲਾ ਕਰੋ ਬਾਈ ਜੀ ਰੈਫਰੀਆਂ ਦਾ ਇਹਨਾਂ ਨੂੰ ਦੇ ਦਿਓ ਦੱਸੋ ਫੈਸਲਾ ਕਰੋ ਬਾਈ ਜੀ ਫੈਸਲਾ ਕਰੋ ਕਿਹੜਾ ਉਹ ਜਿਹਨੂੰ ਪਹਿਲਾਂ ਰੈਫਰੀ ਨੇ ਬੈਂਡ ਦੇ ਦੇਣਾ ਉਸੇ ਦਾ ਹੀ ਆ ਬਾ ਕਲੇਸ਼ ਮਕਾਓ ਯਾਰ ਸਿਰੇ ਤੇ ਆਏ ਰਿਹਾ ਤਾਂ ਲੱਛਣ ਕੋਟੀ ਬੰਦ ਹੀ ਹੋ ਜਾਣੀ ਆ ਸਾਨੂੰ ਤਾਂ ਅਸਲਾ ਭਾਲਦੇ ਵੀ ਇਹ ਬੰਦ ਕਰੋ ਅਸੀਂ ਤਾਂ ਤਿਆਰ ਆ ਐਵੇਂ ਰੱਜੇ ਨਸ਼ੇ ਦੇ ਤੇ ਦੱਬੀ ਤੁਰੇ ਨੇ ਹੋਰ ਹੀ ਗੱਲਾਂ ਕਰੀ ਜਾਂਦੇ ਆ ਫਰੀ ਨੇ ਬੈਂਡ ਦੇਤਾ ਹੋਈ ਆ ਬਾਕੀ ਖੇਡੋ ਯਾਰ ਐ ਨਾ ਕਰੋ
ਲੱਗਦੀ ਪੁਆਇੰਟ ਜੋਗੇ ਵਾਲੇ ਦਾ ਇਹ ਫੈਸਲਾ ਪ੍ਰਬੰਧ ਕਮੇਟੀ ਨੇ ਕਰਤਾ ਪੁਆਇੰਟ ਜੋਗੇ ਵਾਲਿਆਂ ਦਾ ਇਹ ਫੈਸਲਾ ਪ੍ਰਬੰਧ ਕਮੇਟੀ ਦਾ ਜੋ ਰੈਫਰੀ ਨੇ ਕਰਤਾ ਇਹ ਜੋਗੇ ਵਾਲਿਆਂ ਦਾ ਪੁਆਇੰਟ ਹੈ ਬਾਈ ਜੀ ਖੋਸਾ ਰਣਧੀਰ ਪੰਥੂ ਗਰਾਊਂਡ ਦੇ ਵਿੱਚ ਮੈਂ ਬੇਨਤੀ ਕਰਦਾ ਵੀ ਮੈਚ ਪਿਆਰ ਦੇ ਨਾਲ ਇਸੇ ਤਰ੍ਹਾਂ ਚਾਲੂ ਕਰੋ ਮੇਰੇ ਵੀਰ ਤੁਹਾਡੇ ਤੇ ਮਾਣ ਹੈ ਪ੍ਰਧਾਨ ਸਾਹਿਬ ਨੂੰ ਹੈਲੋ ਉਹ ਇਹਨਾਂ ਰੌਲਾ ਰੂਲਾ ਪਵਾ ਕੇ ਤੇ ਆਹ ਰਲੇ ਵਾਲੀ ਗੱਲ ਜੀ ਦਿਮਾਗ ਚੋਂ ਕੱਢਣੀ ਚਾਹੁੰਦੇ ਆ ਮੇਰੇ ਬਾਈ ਖੇਡੋ ਐ ਨਾ ਕਰੋ ਐ ਤਾਂ ਹਨੇਰਾ ਹੀ ਹੋਈ ਜਾਂਦਾ ਲੁੱਕ ਕਾਹਦੀ ਸਮ ਜਿਹੜਾ ਯਾਰ ਰੈਫਰੀ ਨੇ ਦੇਤਾ ਠੀਕ ਆ ਗਾਂ ਕੰਮ ਚਲਾਓ ਮੇਰੇ ਬਾਈ ਆਹ ਲੱਛਣ ਰਹਿੰਦਾ ਇਹ ਬੰਦ ਹੀ ਹੋਣ ਵਾਲਾ ਜਲਸਾ ਹੈ ਹੋ ਗਿਆ ਬਸ ਹੋ ਗਿਆ ਵੱਡੇ ਵੱਡੇ ਬੰਦਿਆਂ ਤੋਂ ਗਲਤੀਆਂ ਹੋ ਜਾਂਦੀਆਂ ਰੈਫਰੀਆਂ ਤੋਂ ਐ ਹੁਣ ਇੱਥੇ ਕਿਹੜਾ ਕੋਈ ਦੁਬਾਰਾ ਕਰ ਜਿਹੜੇ ਵਾਧੂ ਖਿਡਾਰੀ ਬਾਹਰ ਉਹ ਚਲਾ ਦੇ ਪ੍ਰਧਾਨਾ ਮੈਂ ਜਾ ਹੈਲੋ ਆ ਸਭ ਨੂੰ ਬੇਨਤੀ ਹੈ ਕਿ ਖਿਡਾਰੀਆਂ ਤੋਂ ਬਗੈਰ ਕੋਈ ਵੀ ਗਰਾਊਂਡ ਦੇ ਵਿੱਚ ਨਾ ਰਹੇ ਤੇ ਮੈਚ ਸਟਾਰਟ ਕੀਤਾ ਜਾਵੇ ਹੈਲੋ ਉਹ ਮੀਤਾ ਖਿਡਾਰੀ ਵੀ ਆਵੇ ਵੀ ਆ ਤਾਂ ਲੈ ਲਿਆ ਕਾਪਾ ਆ ਮੈਸਤਰੀ ਪ੍ਰਦੀਪ ਸਿੰਘ ਭਾਲੀ ਆਪਦਾ ਸਨਮਾਨ ਚੰਨ ਲੈ ਹੋਰ ਵੀ ਕਹਿ ਭਰਾ ਦਾ ਸੱਜਣ ਮਿੱਤਰ ਕੋਈ ਬਾਹਰੋਂ ਆਇਆ ਜਾਂ ਆਪਦਾ ਸਨਮਾਨ ਚੰਨ ਦਵਾ ਸਕਦਾ ਵੀ ਐਡ ਜਗਾਓ ਯਾਰ ਉਹ ਤਾਂ ਲੇਟ ਹੀ ਆ ਚਾਰ ਘੰਟੇ ਬਾਅਦ ਆਇਆ ਚਾਰ ਘੰਟੇ ਬਾਅਦ ਆਇਆ ਮੈਂ ਤਾਂ
ਉਹ ਜਿਹੜੇ ਜਿਆਦਾ ਬੈਂਡ ਉਹਨਾਂ ਜੇਤੂ ਆ ਕੇ ਦੂਜੀ ਟੇਟੀ ਵੀ ਚਾਲੂ ਕਰ ਦਿਓ। ਨਾਲ ਹੀ ਕਿਰਨਾ ਕੜਿਆਲ ਗੱਡੀ ਦੀ ਚਾਬੀ ਮੈਨੂੰ ਦੇ ਕੇ ਜਾਵੇ ਜਦ ਜਾਣਾ ਹੈ ਕਿਰਨਾ ਕੜਿਆਲ। ਬਾਈ ਜੀ ਮੁਕਾਬਲਾ ਜਿਹੜਾ ਚਾਲੂ ਕਰੋ। ਪ੍ਰਧਾਨ ਨਿਰਮਲ ਸਿੰਘ ਜੀ ਕਲੇਰ ਵੱਲੋਂ, ਸਤਨਾਮ ਸਿੰਘ ਜੀ ਤਰਫੋਂ, ਔਰ ਸਰਪੰਚ ਸੁਖਮੰਦਰ ਸਿੰਘ ਜੀ ਤਰਫੋਂ, ਠਾਣਾ ਸਿੰਘ ਜੀ ਸਾਬਕਾ ਸਰਪੰਚ ਉਹਨਾਂ ਦੀ ਤਰਫੋਂ ਵੀ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅੱਗੇ, ਆਪਾਂ ਮੈਚਾਂ ਦਾ ਆਨੰਦ ਨਾ ਖਰਾਬ ਕਰੀਏ। ਇਕੱਠ ਵੇਖ ਲਓ ਉਸੇ ਤਰ੍ਹਾਂ ਜਗਮਗਾ ਰਿਹਾ, ਪਿਆਰ ਹੈ ਤੁਹਾਡਾ ਸਾਡੇ ਇਹਨਾਂ ਦਰਸ਼ਕਾਂ ਦੇ ਨਾਲ। ਬਾਈ ਜੀ ਖੋਸਾ ਰਣਧੀਰ ਕਿੱਥੇ ਹੈ? ਖੋਸਾ ਰਣਧੀਰ ਕਾਹਤੋਂ ਨਹੀਂ ਆ ਰਹੀ? ਬੇਨਤੀ ਹੈ ਪ੍ਰਧਾਨ ਸਾਹਿਬ ਵੱਲੋਂ, ਖੋਸਾ ਰਣਧੀਰ ਬੀਤੇ ਆਪਣੀ ਟੀਮ ਲੈ ਕੇ ਗਰਾਊਂਡ ਚ ਆ ਬੀਤਾ। ਚਿੰਦੂ ਸਾਡਾ ਵੀਰ ਫਿੱਟੂ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪਹੁੰਚਣ। ਖੋਸਾ ਰਣਧੀਰ ਫਾਈਨਲ ਦੇ ਵਿੱਚ ਪਹੁੰਚੀ ਹੋਈ ਹੈ। ਸਾਡੇ ਨੈੱਟ ਤੇ ਜਿੰਨੇ ਵੀ ਵੀਰ ਸਾਡਾ ਸਾਥ ਦੇ ਰਹੇ ਨੇ, ਦਵਿੰਦਰ ਸਿੰਘ ਜੀ ਧਾਨਾ ਵੈਰੋ ਕੇ ਧੰਨਵਾਦ, ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਵੈਂਟਰ, ਜਲੰਧਰ ਸਿੰਘ ਜੀ ਸਿੱਧੂ ਸਾਹਿਬ, ਔਰ ਯਾਦ ਕਬੱਡੀ ਕਲੱਬ ਵਾਲਾ ਬੱਬੀ ਚੜੁੱਕ, ਯਾਦ ਵਾਲੇ ਮਠੱਡਿਆਂ ਵਾਲਾ ਦਾਰਾ ਧੰਨਵਾਦ ਹੈ। ਇੱਕ ਮਿੰਟ ਦਾ ਸਮਾਂ ਬਾਈ ਜੀ, ਜੇ ਫੈਸਲਾ ਹੋ ਗਿਆ ਠੀਕ ਨਹੀਂ ਕਮੇਟੀ ਆਪਣਾ ਡਿਸੀਜਨ ਲਵੇਗੀ। ਜੇ ਬਾਈ ਜੀ ਖੇਡਣਗੇ ਇੱਕ ਮਿੰਟ ਦੇ ਵਿੱਚ ਠੀਕ ਹੈ, ਨਹੀਂ ਦੋਨੇ ਕੱਟ ਦਿੱਤੀਆਂ ਜਾਣੀਆਂ, ਇਹ ਕਮੇਟੀ ਦਾ ਫੈਸਲਾ ਜੀ। ਬਾਈ ਜੀ ਬੇਨਤੀ ਹੈ, ਇੱਕ ਮਿੰਟ ਦਾ ਸਮਾਂ ਹੈ, ਇੱਕ ਮਿੰਟ ਦੇ ਅੰਦਰ ਪਿੰਡਰ ਕਿੱਥੇ ਪਿੰਡਰਾਂ ਵਾਲਿਆਂ ਨੂੰ ਇੱਕ ਮਿੰਟ ਦਿੱਤਾ ਜਾਂਦਾ, ਇੱਕ ਮਿੰਟ ਦੇ ਵਿੱਚ ਬਾਈ ਜੀ ਮੈਚ ਸ਼ੁਰੂ ਕਰ ਲਿਆ ਤਾਂ ਠੀਕ ਹੈ, ਪ੍ਰਬੰਧਕ ਕਮੇਟੀ ਦਾ।